ਨਿੰਦ ਬੜੀ ਆਉਂਦੀ। ਚੱਲ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਡੀ ਜੇ ਰਿਅਲਿਸਟਿਕ, ਅਤੇ ਅੱਜ ਦੀ ਵੀਡੀਓ 'ਚ ਦੱਸਾਂਗੇ ਟਰੈਕਿੰਗ ਦੀ ਫੀਲਡ ਬਾਰੇ, ਕਿਸ ਤਰ੍ਹਾਂ ਦਾ ਕੰਮ ਆ, ਲੌਂਗ ਹੋਲ, ਸ਼ੋਰਟ ਹੋਲ, ਸਿਟੀ ਦੇ ਵਿੱਚ ਕਿੰਨੇ ਪੈਸੇ ਬਣਦੇ ਆ, ਕਿੰਨੇ ਚਿਰ ਕੰਮ ਕਰ ਸਕਦੇ ਹਾਂ, ਵਟ ਐਵਰ, ਸਭ ਕੁਛ ਆਪਾਂ ਗੱਲ ਕਰਾਂਗੇ, ਤੁਹਾਨੂੰ ਦੱਸਾਂਗੇ, ਤਾਂ ਕਿ ਤੁਹਾਡੇ ਲਈ ਹੋਵੇ ਸੌਖਾ। ਅਤੇ ਆ ਜਾਓ ਚੱਲਦੇ ਹਾਂ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਰੈਂਪਟਨ ਆਏ ਹਾਂ, ਅਤੇ ਇਹ ਜੀ ਮੇਰੇ ਮਾਸੀ ਦਾ ਮੁੰਡਾ, ਇਹ ਚਲਾਉਂਦਾ ਹੈ ਜੀ ਟਰੱਕ। ਮੁੰਡੇ ਦਾ ਨਿੱਕਾ ਨਾਂ ਹੈ ਵਿਸ਼ਾਲ, ਪੂਰਾ ਨਾਂ ਹੈ ਗੁਰਿੰਦਰ। ਜੇ ਆਪਾਂ ਇਹਦੇ ਨਾਲ ਜਾ ਰਹੇ ਹਾਂ ਟਰੱਕ 'ਤੇ, ਇਹ ਟਰੱਕ ਸਿਟੀ ਦੇ ਵਿੱਚ ਹੀ ਚਲਾਉਂਦਾ, ਅਤੇ ਆਪਣਾ ਜਿਹੜਾ ਡਿਸਪੋਜ਼ਲ ਹੁੰਦਾ, ਕਿਹੜਾ ਹੁੰਦਾ ਉਹ, ਮਤਲਬ ਰੀਸਾਈਕਲ ਪਲਾਸਟਿਕ, ਰੀਸਾਈਕਲ ਉਹ ਵਰਤਦੇ ਆ ਇੰਡਸਟਰੀ ਵਾਲੇ ਨੇ, ਨਹੀਂ ਨਹੀਂ ਆਪਣੇ ਗੱਡੀਆਂ ਗੁੱਡੀਆਂ ਵਾਲੇ ਨਹੀਂ, ਇੰਜਨ ਆਇਲ ਪਾਉਂਦੇ ਪਲਾਸਟਿਕ, ਜਿੱਦਾਂ ਵਿੰਡਸ਼ੀਲਡ ਆਪਣੇ ਫਲੂਇਡ ਹੋ ਗਿਆ, ਫਲੂਇਡ ਜਾਂ ਆਇਲ ਵਗੈਰਾ ਵਾਲੇ ਜਿਹੜੇ ਕੈਨ ਆ, ਐਂਟੀ ਫਰੀਜ਼ ਕੈਨ, ਉਹ ਪਲਾਸਟਿਕ ਦੇ, ਉਹਨਾਂ ਦਾ ਜਿਹੜਾ ਉਹ ਸਾਰਾ ਵਿਖਾਵਾਂਗੇ। ਅਤੇ ਹੁਣ ਕਰਨ 'ਚ ਚੱਲਦੇ ਹਾਂ ਸ਼ੁਰੂ, ਯਾਰਡ ਵੱਲ ਨੂੰ ਜਾ ਰਹੇ ਹਾਂ, ਅਤੇ ਤੁਹਾਨੂੰ ਉਹ ਵੀ ਵਿਖਾ ਦਿੰਦੇ ਹਾਂ ਕਿ ਇਹ ਵਿੱਚ ਡਿਸਪੈਚਰ ਦਾ ਫੋਨ, ਇਹ ਕੰਪਨੀ ਨੇ ਦਿੱਤਾ ਫੋਨ ਇਹਨਾਂ ਨੂੰ, ਇਹਦੇ ਵਿੱਚ ਸਾਰਾ ਕੁਛ ਆਉਣਾ, ਡਿਸਪੈਚਰ ਨੇ ਇਹਨਾਂ ਨੂੰ ਪ੍ਰੋਟੈਕਸ਼ਨ ਬਹੁਤ ਤਗੜੀ ਲਾਈ ਆ, ਕਹਿੰਦੇ ਸੈੱਟ 'ਤੇ ਬਹੁਤ ਆ ਡਰਾਈਵਰ, ਉਹ ਇਹ ਤਾਂ ਉਹਨਾਂ ਨੇ ਬਚਾਉਣਾ ਹੀ ਆ ਵਿਚਾਰਿਆਂ ਨੇ ਹੁਣ ਖਰਚਾ। ਅਤੇ ਇਹਦੇ ਵਿੱਚ ਸਾਰਾ ਰੂਟ ਵਗੈਰਾ ਆ ਜਾਣਾ ਕਿ ਕਿੱਧਰ ਨੂੰ ਜਾਣਾ, ਕਿੱਧਰ ਨੂੰ ਕਿਹੜੀ ਡਿਲੀਵਰੀ ਆ, ਕਿੱਥੋਂ ਚੱਕਣੀ ਆ, ਕਿੱਥੋਂ ਨਹੀਂ। ਦਿਨ ਦੇ ਲਗਭਗ ਕਿੰਨੀਆਂ ਹੁੰਦੀਆਂ ਡਿਲੀਵਰੀਆਂ? ਅੱਜ ਹੈਗੀਆਂ 28 28 ਡਿਲੀਵਰੀਆਂ, 28 ਪਿਕਅਪ, ਮਤਲਬ ਪਿਕਅਪ, ਅੱਛਾ ਪਿਕਅਪ ਕਰਕੇ ਤੇ ਫਿਰ ਉਹਨਾਂ ਨੂੰ ਡੰਪ ਕਰਨਾ, ਠੀਕ ਆ, ਡੰਪ ਕਰਨਾ। ਅਤੇ ਕੀ ਘੰਟਿਆਂ ਦੇ ਹਿਸਾਬ ਨਾਲ, ਕੀ ਹਿਸਾਬ? ਵੈਸੇ ਤਾਂ ਘੰਟਿਆਂ ਦੇ ਹਿਸਾਬ ਨਾਲ ਹੁੰਦਾ ਕੰਮ, ਪਰ ਆਪਣਾ ਸਿੱਧਾ ਹੀ ਆ, ਆਪਣੀ ਦਿਹਾੜੀ ਕੰਮ ਆ, ਆਪੀ ਤੁਸੀਂ 10 ਘੰਟੇ ਹੁੰਦੇ, ਦੇਣੇ ਦੇਣੇ ਆ ਕੰਮ, ਭਾਵੇਂ ਤੁਸੀਂ 5 ਘੰਟੇ ਮੰਗਾ ਦਿਓ, ਭਾਵੇਂ 6 ਘੰਟੇ ਦਾ ਕੰਮ, ਜ਼ਿਆਦਾ ਨਹੀਂ ਹੁੰਦਾ, 5-6 ਘੰਟੇ ਮੁੱਕ ਜਾਂਦਾ, ਵੀਡੀਓ ਫੋਟੋ ਬਣਾਵਾਂਗੇ, ਹੌਲੀ ਹੌਲੀ ਕਰਾਂਗੇ ਆਪਾਂ, ਠੀਕ ਆ। ਮਤਲਬ ਕਿ ਜਿਵੇਂ ਹੁਣ 28 ਡਿਲੀਵਰੀਆਂ ਅੱਜ, 28 ਆ, ਮਤਲਬ 28 ਤੁਸੀਂ ਜਿੰਨੇ ਚਿਰ ਮਰਜ਼ੀ ਕਰ ਲਓ, ਉਹਨੇ ਤੈਨੂੰ 10 ਘੰਟੇ ਦੇ ਪੈਸੇ ਦੇਣੇ। ਸਾਡਾ ਇਲਾਕਾ ਨਾ ਸਾਡਾ ਹੁਣ ਸਾਰੀਆਂ, ਇਹ ਫਾਇਦਾ ਕਿ ਸਾਰਾ ਕੁਝ ਮਿੱਟੀ ਸਾਕਾ ਹੀ ਆ, ਇੱਦਾਂ ਹੀ ਲੱਗ ਗਿਆ, ਇਧਰੋਂ ਚੁੱਕਣਾ ਉਧਰੋਂ, ਲੱਗ ਲੱਗੇ ਮਤਲਬ 5-5 ਮਿੰਟ ਦਾ ਰਾਹ ਹੋਣਾ, 10 ਕੁ ਮਿੰਟ ਲੱਗਦੇ ਇੱਕ, ਚਲੋ ਸਭ ਕੁਝ ਆਪਾਂ ਵੇਖਾਂਗੇ ਨਾਲ ਦੀ ਨਾਲ। ਮੈਂ ਬਸ ਆਇਆ ਸੀ, ਰਾਤ ਦੀ ਫਲਾਈਟ ਸੀ, ਅਤੇ ਮੂੰਹ ਮਾਂ ਸਾਡੇ ਉੱਡੇ ਪਏ ਆ ਅਜੇ, ਦੇ ਏਅਰਪੋਰਟ ਤੋਂ ਅਜੇ ਜਾ ਰਹੇ ਤੇ ਹੁਣ ਸਿੱਧਾ ਕੰਮ ਵਿੱਚ। ਇਹਦੇ ਵਿੱਚ ਇਹਨੂੰ ਸਾਰੇ ਆ ਜਾਵੇ ਜੀ, ਆ ਰਿਹਾ ਪਲੈਨਡ ਸਟਾਰਟ 7 AM, 7 AM ਨੂੰ ਉਹਨਾਂ ਨੇ ਪਲੈਨ ਕੀਤਾ ਆ ਸਾਰਾ। ਆਹ ਸਾਰੀਆਂ ਡਿਲੀਵਰੀਜ਼ ਹੈਗੀਆਂ, ਵਿੱਚ ਐਡਰੈਸ ਆ, ਉਹਦਾ ਕੋਡ ਆ, ਦੇਖੋ ਨਾਲ ਨਾਲ ਐਡਰੈਸ ਆ ਰਿਹਾ, ਅਤੇ ਜਿੱਥੇ ਤੋਂ ਚੁੱਕੀ ਜਾਣੀ ਅਤੇ ਆਪਾਂ ਸਟਾਰਟ ਕਰ ਦੇਣਾ ਜਦੋਂ ਕਰਨਾ, ਹੈ ਨਾ? ਨਹੀਂ ਨਹੀਂ ਹੁਣ ਆਪਾਂ ਜਾ ਰਹੇ ਹਾਂ ਜੀ, ਉੱਥੇ ਸਟਾਰਟ ਹੋ ਗਿਆ, ਸਾਡਾ ਡਿਸਪੈਚਰ ਥੋੜ੍ਹਾ ਜਿਹਾ ਨਾ ਤਗੜਾ ਆ, ਅੱਛਾ, ਉਹ ਇੱਦਾਂ ਹੀ ਸੈੱਟ ਦਿੰਦਾ, ਸਾਨੂੰ ਆਪ ਰੂਟ ਸੈੱਟ ਕਰਨਾ ਪੈਂਦਾ। ਅੱਛਾ, ਐਪ ਪਾਈ ਹੋਈ ਆ, ਇੱਧਰ ਐਪ ਵੀ ਦਿਖਾ ਲਈਏ, ਰੂਟ ਫੋਰ ਮੀ, ਇਹਦੇ 'ਚ ਮੈਂ ਸਾਰੇ ਐਡਰੈਸ ਪਾ ਦਿੰਦਾ ਨਾ ਇੱਕ ਇੱਕ ਕਰਕੇ, ਇਹ ਐਪ ਹੈਗੀ, ਅੱਛਾ ਰੂਟ ਫੋਰ ਮੀ, ਇਹਦੇ ਵਿੱਚ ਐਡਰੈਸ ਪਾ ਦੇਣੇ ਸਾਰੇ, ਜਿਵੇਂ ਹੁਣ 28 ਆ, ਹੈ ਨਾ, ਉਹਨੇ ਆਪੇ ਬੈਸਟ ਰੂਟ ਕੱਢ ਦੇਣਾ। ਆਹ ਵੇਖੋ, ਜਿਵੇਂ ਹੁਣ ਆਹ ਸਾਰੀਆਂ ਡਿਲੀਵਰੀ ਆ, ਅਤੇ ਉਹਨੇ ਇੱਕ ਸੌਖਾ ਪਲੈਨ ਜਿਹਾ ਕਰਤਾ ਐਪਲੀਕੇਸ਼ਨ ਨੇ, ਵੀ ਇੱਧਰੋਂ ਐਂ ਨੂੰ ਜਾ ਕੇ ਤੁਹਾਨੂੰ ਵਧੀਆ ਰਹੇਗਾ, ਇੱਕੋ ਲਾਈਨ ਦੇ ਵਿੱਚ ਆਪਾਂ ਚਲ ਜਾਂਗੇ, ਡਿਸਪੈਚਰ ਪਿੱਛੇ ਲੱਗੇ ਰਹੀਏ ਤਾਂ ਇੱਕ ਹੀ ਥਾਂ 'ਤੇ ਆਪਾਂ ਨੂੰ 15 ਵਾਰੀ ਘੁਮਾ ਦਿੰਦਾ, ਦਿਹਾੜੀ ਵਾਲਾ ਕੰਮ ਆ, ਵੀ ਪੂਰੀਆਂ ਕਰਨੀਆਂ ਆਪਾਂ 28 ਜਿੱਦਾਂ ਮਰਜ਼ੀ ਕਰੀਏ। ਬਾਕੀ ਤੁਹਾਨੂੰ ਦੱਸਾਂਗੇ ਜੀ, ਥੋੜ੍ਹਾ ਜਿਹਾ ਤੁਸੀਂ ਸਕੀਮ ਵੀ ਲਾ ਸਕਦੇ ਹੋ ਬਾਅਦ 'ਚ, ਸਕੀਮਾਂ ਬਾਅਦ 'ਚ ਹੈ, ਸਕੀਮਾਂ ਬਾਅਦ 'ਚ, ਪਹਿਲਾਂ ਬੰਦਿਆਂ ਨੂੰ ਸਿੱਧੇ ਕੰਮ ਦੱਸਣੇ, ਪੁੱਠੇ ਪੁੱਠੇ ਬਾਅਦ 'ਚ ਦੱਸਣੇ ਕੰਮ ਪੂਰਾ ਕਰਾਂਗੇ। ਮੀਂਹ ਪੈ ਰਿਹਾ ਅੱਜ, ਅਤੇ ਮੈਂ ਤਾਂ ਬੜੇ ਚਿਰ ਬਾਅਦ ਮੀਂਹ ਵੇਖਿਆ, ਕੈਲਗਰੀ 'ਚ ਮੀਂਹ ਤਾਂ ਪੈਂਦਾ ਹੀ ਨਹੀਂ, ਸਿੱਧੀ ਸਨੋ ਹੀ ਪੈਂਦੀ,
ਕਰੇ ਤਾਂ ਆਪਾਂ ਛੇਤੀ ਮੰਗਾ ਦੇਣਾ ਕੰਮ, ਛੇਤੀ ਮੰਗਾ ਦੇਣਾ। ਟ੍ਰੈਫਿਕ ਹੁੰਦੀ ਆ ਜਿੱਦਾਂ ਹੁਣ ਮੈਂ ਹੈਮਿਲਟਨ ਨਾਇਗਰਾ ਫਾਲਸ ਕਰ ਦੇਣਾ, ਉੱਥੇ ਟ੍ਰੈਫਿਕ ਹੁੰਦੀ ਆ ਆਪਣੇ ਮਤਲਬ 4 ਕੁ ਵਜੇ ਤੋਂ ਬਾਅਦ ਰਸ਼ ਹੁੰਦਾ ਹਾਈਵੇ ਤੇ ਟਾਈਮ ਦੇ ਹਿਸਾਬ ਨਾਲ। ਹਾਂ, ਇਸ ਲਈ ਸਵੇਰੇ ਛੇਤੀ ਸ਼ੁਰੂ ਕਰ ਦਿਓ, ਸਵੇਰੇ ਵੀ ਟ੍ਰੈਫਿਕ 'ਚ ਨਾ ਫਸੋ ਅਤੇ ਸ਼ਾਮ ਨੂੰ ਛੇਤੀ ਮਤਲਬ 2 ਕੁ ਵਜੇ ਵਿਹਲੇ ਹੋ ਜਾਓ, 1 2 ਵਜੇ ਫਿਰ ਆਰਾਮ ਨਾਲ ਘਰੇ ਪਹੁੰਚ ਜਾਓ। ਹਾਂਜੀ, ਉਹ ਵੀ ਰਸਤੇ ਇੱਕ ਮੁੰਡਾ ਮਿਲੂਗਾ ਘੰਟੇ ਦੇ ਹਿਸਾਬ ਨਾਲ ਕਰਦਾ ਹੁੰਦਾ, ਉਹ ਫਿਰ ਮੈਂ ਉਹਨਾਂ ਹਾਈਵੇ 'ਤੇ ਚੜ੍ਹ ਗਿਆ ਇੱਕ ਵਾਰੀ, ਉਹ ਵਿਚਾਰਾ ਹੌਲੀ ਹੌਲੀ ਚਲਾਈ ਜਾਓ, ਮੈਂ ਕਿਹਾ ਚੱਲ ਹਾਈਵੇ ਜਲਦੀ ਹੌਲੀ ਚੱਲ, ਕਹਿੰਦਾ ਨਹੀਂ ਨਹੀਂ ਮੇਰਾ ਘੰਟੇ ਪੈ ਰਿਹਾ। ਹਾਂਜੀ, ਅਸੀਂ ਯਾਰਡ 'ਚ ਆ ਗਏ ਹਾਂ, ਇੱਥੋਂ ਚੱਕਣਾ ਟਰੱਕ ਅਤੇ ਫਿਰ ਕੰਮ 'ਤੇ। ਆਹ ਥੱਲੇ ਕੰਮ ਵਾਲਾ ਤਿਲਕਣਾ ਹੋਇਆ ਪਿਆ, ਕੀ ਵਿਚਾਰ ਨੇ ਤੁਹਾਡੇ ਭਾਈ? ਓ ਆਹ ਟਰੱਕ ਆ ਜੀ, ਸਟਰੇਟ ਟਰੱਕ ਛੋਟਾ, ਇੰਸਪੈਕਸ਼ਨ ਤਾਂ ਕਰਨੀ, ਮੈਂ ਪਹੁੰਚ ਜੂ ਉੱਥੋਂ ਤੱਕ। ਸੁਣਾਓ, ਬਹੁਤ ਜੰਮੀ ਪਈ ਆ ਪੱਪ, ਪੋਚ ਪੋਚ ਕੇ ਸਭ ਤੋਂ ਪਹਿਲਾਂ ਅਸੀਂ ਟਰੱਕ ਦੀ ਕਰਨੀ ਇੰਸਪੈਕਸ਼ਨ ਹੈ। ਇਹ ਜੀ ਇੱਥੇ ਚਲਾਉਣੀ ਪੈਂਦਾ ਕਨੈਕਸ਼ਨ ਇੰਜਨ ਗਰਮ ਕਰਨ ਲਈ, ਇੰਨੀ ਠੰਡ ਹੁੰਦੀ ਆ ਬਾਅਦ 'ਚ ਸਟਾਰਟ ਨਾ ਹੋਏ ਟਰੱਕ। ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੰਜਨ ਵੱਲ ਚੈੱਕ ਕਰੀਦਾ। ਅੱਛਾ, ਠੀਕ ਹੈ, ਇੰਜਨ ਵੱਲ ਮੈਂ ਚੈੱਕ ਕੀਤਾ ਹੋਇਆ, ਇਸ ਲਈ ਆਪਾਂ ਕਰਨਾ ਨਹੀਂ ਬਹੁਤ ਲੰਬਾ ਪੜਦਾ। ਠੀਕ ਹੈ, ਹਫ਼ਤੇ 'ਚ ਇੱਕ ਵਾਰੀ ਕਰ ਲਓ ਹੈ ਨਾ। ਠੀਕ ਹੈ, ਉਸ ਤੋਂ ਬਾਅਦ ਆਓ ਇਹ ਕਿਹੜਾ ਕਰ, ਇਹਨੂੰ ਇੱਦਾਂ ਖਿੱਚੋ, ਇਹਨੂੰ ਇੱਦਾਂ ਖਿੱਚੋ, ਆ ਟਰੱਕ ਪੂਰਾ ਅੱਗੇ ਹੋ ਜਾਂਦਾ, ਫਿਰ ਉੱਥੇ ਇੰਜਨ ਵੱਲ ਸਾਰਾ ਕੁਝ ਥੱਲੇ ਨਾ ਸਿਸਟਮ 'ਚ। ਲਓ ਜੀ, ਅਸੀਂ ਆ ਗਏ ਟਰੱਕ ਦੇ ਵਿੱਚ, ਹੁਣ ਕੀ ਭਰਨੀ? ਲੌਗ ਬੁੱਕ, ਇੰਸਪੈਕਸ਼ਨ ਵੀ, ਟਰੱਕ ਸਹੀ ਆ ਸਾਰੀ ਹਾਲਾਤ ਇਹਦੇ, ਠੀਕ ਆ, ਠੀਕ ਆ, ਠੀਕ ਆ, ਬਹੁਤ ਜ਼ਰੂਰੀ ਆ ਜੀ ਵੱਡਾ ਟਰੱਕ ਚਲਾਉਣਾ, ਇਹ ਬਹੁਤ ਜ਼ਰੂਰੀ ਆ ਸਿੱਖਣੀ ਜੀ। ਡਰਾਈਵਰ ਨੂੰ ਮਿਲਣੀ ਟਿਕਟ, ਡਰਾਈਵਰ ਨੂੰ ਮਿਲਦੀ, ਕੰਪਨੀ ਨੂੰ ਵੀ ਜਾਂਦੀ ਹੈ। ਠੀਕ ਹੈ, ਜੇ ਕੋਈ ਇਹੋ ਜਿਹਾ ਪੰਗਾ ਪਵੇ ਕੋਈ ਡਰਾਈਵਰ ਦੀ ਗਲਤੀ ਹੋਵੇ, ਉੱਦਾਂ ਡੀਮੈਰਿਟ ਪੁਆਇੰਟ ਗੱਡੀ ਵਾਲਿਆਂ ਨੂੰ ਜਿੰਨੇ ਮਿਲਦੇ ਆ ਡਰਾਈਵਰ ਨੂੰ ਉੱਥੇ ਡਬਲ ਮਿਲਦੇ ਆ। ਅੱਛਾ, ਤੁਹਾਨੂੰ ਕੋਈ ਨਾ। ਹਾਂਜੀ, ਪਹਿਲੀ ਡਿਲੀਵਰੀ 'ਤੇ ਪਹੁੰਚ ਲੱਗੇ ਹਾਂ, ਡਿਲੀਵਰੀ ਨਹੀਂ ਸੋਰੀ ਪਿਕਅਪ, ਪਿਕਅਪ ਇੱਥੋਂ ਪਿਕ ਕਰਨਾ। ਇਹ ਗੈਸ ਸਟੇਸ਼ਨ ਮੈਨੂੰ ਯਾਦ ਆ, ਇੱਥੇ ਬੰਦੇ ਇੱਕੋ ਹੀ ਗੈਸ ਸਟੇਸ਼ਨ ਆ ਇੱਥੇ ਬ੍ਰੈਂਪਟਨ, ਜਿੱਥੇ ਤੇਲ ਉਹ ਆਪ ਪਾਉਂਦੇ ਆ, ਬੰਦਾ ਰੱਖਿਆ ਹੋਇਆ ਉਹਨਾਂ ਨੇ ਫੁੱਲ ਸਰਵਿਸ। ਪਹਿਲੇ ਪਿਕਅਪ 'ਤੇ ਪਹੁੰਚ ਗਏ ਹਾਂ, ਇੱਥੋਂ ਹੁਣ ਚੱਕਣਾ ਸਮਾਨ, ਚੱਕ ਕੇ ਸੱਟ ਲੈਣਾ ਵਿੱਚ। ਇੱਧਰ 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 ਕੈਮਰਾ, ਇਹਨੂੰ ਕਰ ਦੇਣਾ ਅਰਾਈਵ। ਪਹੁੰਚ ਗਏ ਜੀਓ ਸਟੋਪ, ਸੈਟੇਲਾਈਟ ਤੋਂ ਪਤਾ ਲੱਗ ਜਾਣਾ ਉਹਨੂੰ ਕਿ ਆਪਾਂ ਪਹੁੰਚ ਗਏ। ਇੱਥੇ ਲਿਖਿਆ 2 ਬੈਗ 27 ਕਿਲੋ ਦੇ, ਉਹ ਆਪਾਂ ਬਾਅਦ 'ਚ ਦੇਖਦੇ ਹਾਂ। ਠੀਕ ਆ, ਨਾਲ ਆਪਾਂ ਕਰਨੇ ਸੈਨ, ਅਤੇ ਇਹ ਕੰਪਲੀਟ ਹੋ ਗਿਆ। ਇਹਦੇ 'ਚੋਂ ਚੱਕ ਲੈਣਾ ਲਫਾਫਾ, ਨਹੀਂ ਲਫਾਫਾ ਚੱਕ ਲੈਣਾ, ਇਹ 'ਚੋਂ ਦੂਜਾ ਵਿੱਚ ਰੱਖ ਲੈਣਾ ਹੈ।
ਆਇਲ ਵਾਲੇ ਜਿਵੇਂ ਕਹਿ ਲਓ ਜਾਂ ਉਹ ਟੂ ਲੈਟ ਵਾਲੇ ਉਹ ਲਿਫਾਫਾ ਚੇਂਜ ਕਰਤਾ ਵਿੱਚ ਬੰਦ ਕਰਕੇ ਚਲੋ ਇਹ ਗਿਆ ਵਿੱਚ ਇੱਕ ਡਿਲੀਵਰੀ ਪੂਰੀ ਸਾਡੀ ਇਹ ਚੱਕ ਲਿਆ ਹੁਣ ਇੱਥੇ ਬਾਅਦ ਕੀ ਕਰਨਾ ਅਗਲੀ ਡਿਲੀਵਰੀ ਕਿਉਂ ਕਹਿ ਦਿੰਦੇ ਪਿਕਅਪ ਪਿਕਅਪ ਚੱਕ ਕੇ ਥਲ ਦੇਣਾ ਚੱਕ ਕੇ ਥਲ ਦੇਣਾ ਅਸਲੀ ਡਰਾਈਵਿੰਗ ਵੈਸੇ ਇੱਥੇ ਹੀ ਆ ਵੀ ਚਲਾਓ ਤੇ ਅਗਲੇ ਨੂੰ ਵੀ ਚਲਾਉਣ ਦੋ ਜੀਓ ਤੇ ਜੀਣ ਦੋ ਅੱਛਾ ਤਾਣ ਉੱਚੇ ਜੇ ਬੜੇ ਉਦਾਂ ਹੀ ਉੱਤੇ ਐਵੇਂ ਲੋਡ ਕਰੀ ਰੱਖਦੇ ਹੁੰਦੇ ਸਮਾਨ ਨਜਾਇਜ਼ ਹੀ ਹੋਰ ਡਿਲੀਵਰੀ ਡਨ ਇੱਕ ਹੋਰ ਡਿਲੀਵਰੀ ਡਨ ਇੱਕ ਹੋਰ ਖੁਸ਼ਹਾਲ ਕਸਟਮਰ ਇੱਕ ਹੋਰ ਸੰਤੁਸ਼ਟ ਕਸਟਮਰ ਸ਼ੀਸ਼ਾ ਇੰਨਾ ਸਾਫ਼ ਨਹੀਂ ਹੈ ਨਹੀਂ ਤਾਂ ਤੁਹਾਨੂੰ ਅੱਗੇ ਦਾ ਵੀ ਵਿਊ ਦਿਖਾਉਂਦੇ ਦਿਖਾਈਏ ਕੁਛ ਦਰਸ਼ਕਾਂ ਨੂੰ ਕੁਛ ਉਹ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਹੀ ਮਿਹਨਤੀ ਬੰਦਾ ਲੱਗ ਰਿਹਾ ਜਿਹੜਾ ਕਿ ਵਿਚਾਰਾ ਸ਼ਿਫਟ ਲਾ ਕੇ ਆਇਆ ਲੱਗਦਾ ਜਾਂ ਚੱਲਣਾ ਲੱਗਦਾ ਗੱਲਾਂ ਦੋ ਹੀ ਆ ਕੰਮ ਤੋਂ ਆਇਆ ਕੰਮ 'ਤੇ ਚੱਲਿਆ ਕੰਮ ਲਈ ਤਿਆਰ ਹੋ ਰਿਹਾ ਹੈ ਅਤੇ ਫਿਰ ਕੰਮ 'ਤੇ ਚੱਲਿਆ ਹੈ ਜੇ ਦੂਜੇ ਪਾਏ ਆ ਤਾਂ ਫਿਰ ਮਤਲਬ ਆਇਆ ਇਹ ਵੀ ਸਹੀ ਹੈ ਇਹ ਹਜੇ ਨਹੀਂ ਤੁਰਦਾ ਬੰਦਾ ਹਜੇ ਨਹੀਂ ਤੁਰਦਾ ਬੰਦਾ ਹੁਣ ਨਹੀਂ ਤੁਰਦਾ ਬੰਦਾ ਹਜੇ ਨਹੀਂ ਤੁਰਦਾ ਦੂਜੇ ਪਾਏ ਵੀ ਮੁੰਡਾ ਆਇਆ ਮੁੰਡਾ ਆਇਆ ਕੰਮ ਮੁੰਡਾ ਕਾਲਜ ਚੱਲਾ ਟੈ 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 ਇਹ ਹੈ ਜੀ ਸਾਡੀ ਜਵਾਨੀ ਇੱਥੇ ਪੂਰੇ ਨਜ਼ਾਰੇ ਲੈਂਦੀ ਆਤਮ ਨਿਰਭਰ ਕਿੰਨੇ ਦਿਨ ਹੋ ਗਏ ਆਪਣੀਆਂ ਤਿੰਨ ਚਾਰ ਚਾਰ ਹੋ ਗਈਆਂ ਨਾ ਮੇਰੇ ਚਾਰ ਹੋ ਗਈਆਂ ਮੇਰੇ ਖਿਆਲ 'ਚ ਚੌਥੀ ਜਾ ਰਹੇ ਇੱਥੇ ਦੇ ਪੁਲਿਸ ਕੋ ਵੀ ਭਰਾ ਚੈਲੇਂਜਰ ਆ ਬੜੇ ਚਿਰ ਬਾਅਦ ਵਿਖੀ ਸਾਡੇ ਉੱਥੋਂ ਵਾਲਿਆਂ ਕੋਲ ਫੋੜ ਹੀ ਆ ਵਿਚਾਰਿਆਂ ਕੋਲ ਇੱਕ ਤੇਰੇ ਕੋਲੋਂ ਵੀ ਫੋੜਿਆ ਇੱਕ ਮੇਰੇ ਕੋਲੋਂ ਵੀ ਫੋੜਿਆ ਉਹ ਮੈਂ ਨਿਕਲਾ ਉਹ ਗੱਡੀ ਲੈ ਕੇ ਕਾਪੀਰਾਈਟ ਜਾਇਆ ਨਾ ਭਰਾਵਾ ਅੱਜ ਨਾਲ ਘਰ ਦਾ ਕੀ ਹਿਸਾਬ ਕਿਤਾਬ ਦਾ ਵੀ ਘਰ ਲਿਆ ਵਾ ਸਾਰਿਆਂ ਨੇ ਰੈਂਟ ਕੀਤਾ ਮੁੰਡਿਆਂ ਨੇ ਕਿੱਦਾਂ ਘਰ ਲਿੱਤਾ ਕਿੰਨੇ ਬੈਡਰੂਮ ਘਰ ਆ ਬਈ 3 ਬੈਡਰੂਮ ਘਰ ਆ ਪਰ ਘਰ ਪੂਰਾ ਹੀ ਆ ਇਸ ਲਈ ਵੱਡਾ ਹੀ ਆ ਆਪਣੇ ਥੱਲੇ ਲਿਵਿੰਗ ਰੂਮ ਆ ਕਿਚਨ ਆ ਬਹੁਤ ਸਾਰੇ ਅਟੈਚ ਹੋ ਜਾਂਦੇ ਆ ਜਸਟ ਜਿੰਨੇ ਮਰਜ਼ੀ ਆਤਾ ਜੇ ਕੋਈ ਕਿੰਨੇ ਬੱਚੇ ਕਿੰਨੇ ਜਣੇ ਰਹਿ ਰਹੇ ਨੇ ਕਿੰਨਾ ਕਿਰਾਇਆ ਦਾ ਕਿਰਾਇਆ ਉਹਦਾ
ਬਿਜਲੀ ਪਾਣੀ ਸਾਰਾ ਹੈ ਨਾ। ਆਓ ਇੱਥੇ ਰੈਂਟ ਇੱਕ ਵੱਖਰਾ ਹੁੰਦਾ, ਫਿਰ ਦੂਜੇ ਹੁੰਦੇ ਆ ਯੂਟੀਲਿਟੀਸ, ਜਿਹੜੀ ਬਿਜਲੀ ਪਾਣੀ, ਅਤੇ ਪਾਣੀ ਆਉਣ ਦਾ ਵੀ ਹੁੰਦਾ ਅਤੇ ਪਾਣੀ ਡਰੇਨੇਜ ਦਾ ਵੱਖਰਾ ਹੁੰਦਾ, ਗਟਰ ਜਿਹੜੇ ਸੀਵੇਜ ਕਹਿ ਦਿੰਦੇ ਉਹਦਾ ਵੀ ਵੱਖਰਾ ਚਾਰਜਿਸ ਹੁੰਦੇ ਆ, ਮਹਿੰਗਾ ਕੰਪਨੀ ਹੈ ਪਰ ਥੋੜ੍ਹਾ ਹੀ ਹੁੰਦਾ। ਹਾਂ ਅਤੇ ਅਤੇ ਹੁਣ ਤੁਹਾਡਾ 2500 6 ਜਣਿਆਂ ਦਾ, ਮਤਲਬ ਕਿ ਇੱਕ ਜਣੇ ਲਗਭਗ 400 ਰੁਪਇਆ ਆਉਂਦਾ, ਅਤੇ ਨੋਟ ਬੈਡ ਨਾਲੇ ਘਰ ਦਾ ਘਰ ਹੈ, ਇਹ ਵੀ ਵੇਖ ਲਓ ਖਰਚੇ ਦਾ ਵੀ ਪਤਾ ਲੱਗ ਗਿਆ। ਨਹੀਂ ਆਓ ਮੁੰਡਿਆਂ ਮੁੰਡਿਆਂ ਦਾ ਕੀ ਆ, ਰਲ ਮਿਲ ਕੇ ਦੋ ਜਣੇ ਨੇ ਬੇਸਮੈਂਟ ਲੈ ਲਈ ਨਾ, ਫਿਰ ਦੋ ਗੱਡੀਆਂ ਬੇਸਮੈਂਟ ਨੂੰ ਪਾਰਕਿੰਗ ਨਹੀਂ ਮਿਲਦੀ, ਪਾਰਕਿੰਗ ਦੀ ਦਿੱਕਤ ਆ, ਰਹਿ ਤਾਂ ਬੰਦਾ ਗੁਰਦੁਆਰੇ ਵੀ ਇੱਥੇ ਘਰ ਜਿਵੇਂ ਉੱਤੇ ਹੈਗਾ, ਘਰ ਦੇ ਬੰਦਿਆਂ ਦੀਆਂ ਦੋ ਤਿੰਨ ਗੱਡੀਆਂ ਆਪਣੀਆਂ ਹੋਣੀਆਂ, ਦੋ ਤਾਂ ਹੋਣੀਆਂ ਹੀ ਹੈ ਨਾ, ਚਲੋ ਦੋ ਗਰਾਜ ਚਲਾ ਲੈਂਦੇ ਜੇ, ਕਈਆਂ ਦਾ ਇੱਕ ਗਰਾਜ ਵੀ ਹੁੰਦਾ, ਸਾਡੇ 6 ਬੰਦੇ 6 ਗੱਡੀਆਂ, ਨਹੀਂ ਤੁਹਾਡੇ ਦੀ ਹੁਣ ਨੋਰਮਲ ਦੋ ਤਾਂ ਹੁੰਦੀਆਂ ਹੀ ਆ, ਫਿਰ ਬੇਸਮੈਂਟ ਵਾਲਿਆਂ ਦੇ ਵੀ ਹੋਣੀਆਂ, ਫਿਰ ਲਾਉਣੀਆਂ ਕਿੱਥੇ, ਫਿਰ ਟਿਕਟਾਂ ਮਿਲ ਜਾਂਦੀਆਂ, ਇਹ ਚੱਕਰ ਆ। ਇੱਥੇ ਬਹੁਤ ਗੱਡੀ ਆ, ਉੱਤੋਂ ਹੀ ਕੱਢ ਕੇ ਲੈ ਗਿਆ ਸੀ ਉਹ ਸਰੋਂ ਸਰੂਪ ਦੇ, ਇੰਨਾ ਘੱਟ ਹੈਗਾ ਇਹਦਾ, ਜਿੱਥੇ ਮਰਜ਼ੀ ਵੜ ਜਾਂਦਾ ਇਹਦੇ, ਇਹਦੇ ਉਹ ਜਿਹੜੀ ਇੰਡੀਆ ਓਮਨੀ ਨਹੀਂ ਹੁੰਦੀ, ਉਹ ਤੇ ਅਰਗਾ ਨਾ ਹਿਸਾਬ ਇਹਦਾ, ਜਿੱਧਰ ਨੂੰ ਮਰਜ਼ੀ ਘੁਮਾ ਲਓ ਇਹਨੂੰ, ਬੰਦਾ ਗਾਇਬ ਹੋ ਗਿਆ। ਪ੍ਰੋਬਲਮ ਆ ਗਈ ਹੈ, ਗੱਡੀਆਂ ਹੀ ਪਤੰਦਰਾਂ ਨੇ ਬਹੁਤ ਖੜੀਆਂ ਕੀਤੀਆਂ ਇੱਥੇ ਵਾਧੂ, ਇਸ 'ਚੋਂ ਕਹਿ ਚੱਲਦੀ ਕਿਹੜੀ ਹੈ, ਲੈ ਜਾਈਏ ਇੱਕ, ਆਇਆ 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 ਮੁੰਡਾ, ਵੈਸੇ ਬ੍ਰੇਕ ਤਾਂ ਨਹੀਂ ਲੈਂਦਾ ਹੈ, ਕੰਮ ਮੁਕਾ ਹੀ ਲੈਂਦਾ, ਕਹਿੰਦਾ ਮੈਂ 5 ਘੰਟਿਆਂ 'ਚ ਤਾਂ ਫਿਰ ਹੀ ਬ੍ਰੇਕ ਲੈਂਦਾ, ਪਰ ਮੈਨੂੰ ਲੱਗ ਗਈ ਭੁੱਖ, ਇਹ ਕਰਕੇ ਬ੍ਰੇਕ ਕਰਨੀ ਪੈ ਰਹੀ ਹੈ। ਹਾਲੇ ਕੋਈ ਬਰਗਰ ਸ਼ਰਗਰ ਪੇਪਰ ਸਕਸੈਸਫੁੱਲ ਨਹੀਂ ਰਿਹਾ ਮੈਕਡੋਨਲ ਦਾ, ਕਹਿੰਦੇ ਜੀ ਹਜੇ ਲੰਚ ਨਹੀਂ ਸ਼ੁਰੂ ਹੋਇਆ, ਹਜੇ ਬ੍ਰੇਕਫਾਸਟ ਹੀ, ਇਹਨਾਂ ਨੂੰ ਕੀ ਸਮਝਾਈ ਹੋਣਾ ਸੀ, ਇੱਕੋ ਇਕੱਠਾ ਹੀ ਕਰਨਾ ਸੀ, ਚਿਕਨ ਸਸਤਾ ਤੇ ਟਕਾਉ ਸੌਦਾ, ਦੋ ਜੂਨੀਅਰ ਚਿਕਨ ਖਾਓ, KFC ਵਾਲਿਆਂ ਨੇ ਮੁਰਗੇ ਵੱਢਣੇ ਉਹਦੇ ਤੇ ਛੱਡਦੇ। ਕੀ ਸਕੋਰ ਹੋ ਗਿਆ ਭਾਜੀ? 12 ਕਰਤੀਆਂ ਆਪਣੀਆਂ ਹੈਗੀਆਂ, ਕਿੰਨੀ 28 12 ਕਰਤੀਆਂ, ਪਰ ਇਹ ਮੇਰੇ ਕਰਕੇ ਅਜੇ ਥੋੜ੍ਹਾ ਸਲੋਅ ਚੱਲ ਰਿਹਾ, ਚੱਕ 29ਵਾਂ, ਇਹ ਲਗਭਗ ਸਾਲ ਹੋ ਗਿਆ ਮੈਨੂੰ ਹੈ ਨਾ ਗਏ ਨੂੰ, ਸਾਲ ਤੋਂ ਜ਼ਿਆਦਾ ਹੀ, ਅਤੇ ਉਦੋਂ ਬਣਦੀ ਹੁੰਦੀ ਸੀ, ਹੁਣ ਇਹ ਹਜੇ ਪਾਰਟ ਟਾਈਮ ਹੈ ਨਾ ਤੁਹਾਡਾ, ਇੱਕ ਹਿਸਾਬ ਦਾ ਕਿਸੇ ਬੰਦੇ ਦੀ ਥਾਂ ਹੀ ਕਰ ਰਿਹਾ ਤੂੰ ਹੈ ਨਾ, ਛੱਡ ਦੇਣਾ ਹਾਂ, ਇਹ ਬੇਸਿਕ ਵੈਸੇ ਚੰਗਾ ਹੈ ਨਾ ਸਿੱਖਣ ਲਈ, ਡਰਾਈਵਰ ਬੰਦਾ ਸਿੱਖ ਵੀ ਜਾਂਦਾ ਹੈ ਨਾ, ਜਦ ਤੱਕ ਦੂਜਾ ਲਾਇਸੈਂਸ ਬਣਦਾ ਹੋਵੇ ਨਾਲੇ ਵਧੀਆ ਪੈਸੇ ਬਚ ਜਾਂਦੇ ਆ। ਆਖਰੀ ਡਿਲੀਵਰੀ ਪਤਾ ਕੀ ਹੁੰਦਾ ਹੁੰਦਾ ਚੌਵੀ ਘੰਟੇ ਹੁੰਦੇ ਆ, ਥੋੜੇ ਐਕਸਟਰਾ ਪਾ ਕੇ ਵੀ ਕਰਕੇ ਦੀ ਪ੍ਰੈਕਟਿਸ ਲਈ ਇਹ ਕੰਮ ਵਧੀਆ ਹੈ ਨਾ, ਬੈਗ ਬੁਗ ਲਾਉਣੀ ਆ ਜਾਂਦੀ ਆ, ਟਰੱਕ ਥੋੜਾ ਛੋਟਾ ਵਾ,
ਹੱਥ ਟਿਕ ਜਾਂਦਾ, ਇੱਕ ਵਾਰੀ ਝਾਕਾ ਖੁੱਲ੍ਹ ਜਾਂਦਾ ਬੰਦੇ ਦਾ ਕਿੱਦਾਂ ਕਰਨਾ ਕਿੱਦਾਂ ਨਹੀਂ। ਅਤੇ ਤੁਸੀਂ ਆਪਣੇ ਜੋ ਵੀ ਕੁਐਸਚਨਸ ਨੇ ਜਾਂ ਜੋ ਵੀ ਤੁਹਾਡੇ ਸੁਝਾਅ ਨੇ ਤੇ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ। ਚੈਨਲ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਵੀਡੀਓ ਜੇ ਵਧੀਆ ਲੱਗੀ, ਅਤੇ ਅੱਗੇ ਜੋ ਕੁਝ ਵੇਖਣਾ ਚਾਹੁੰਦੇ ਉਹਦੇ ਬਾਰੇ ਕਮੈਂਟ ਜ਼ਰੂਰ ਕਰਿਓ। ਅਤੇ ਉਦੋਂ ਤੱਕ ਲਈ ਅਸੀਂ ਲੈਂਦੇ ਹਾਂ ਛੁੱਟੀ, ਹੁਣ ਅਸੀਂ ਵੀ ਥੋੜ੍ਹਾ ਜਿਹਾ ਇੰਜੋਏ ਕਰ ਲਈਏ। ਫਿਲਮ ਵੇਖਣ ਜਾਣਾ, ਫਿਲਮ ਵੇਖਣੀ ਕਿਹੜੀ ਫਿਲਮ ਵੇਖਣੀ?